ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਿੰਘ ਨਾਂ ਦੇ ਡਾਕੂ ਨੇ ਲਾਹੌਰ ਦੇ ਨੇੜੇ ਬੜੀ ਲੁੱਟ ਮਚਾ ਰੱਖੀ ਸੀ ਅਤੇ ਉਹ ਥਾਂ-ਥਾਂ ਡਾਕੇ ਮਾਰਦਾ ਅਤੇ ਮਾਝੇ ਵਿੱਚ ਉਸਨੇ ਲੁੱਟ ਦੀ ਅਤ ਕਰਾ ਰੱਖੀ ਲੋਕ ਕਹਿੰਦੇ ਸਨ ਦਿਨੇ ਰਾਜ ਕਾਣੇ ਦਾ ਰਾਤ ਨੂੰ ਡਾਕੂ ਮਾਣੇ ਦਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਇਸ ਡਾਕੂ ਨੂੰ ਪਕੜ ਕੇ ਹਾਜ਼ਰ ਕਰੇਗਾ ਉਸ ਦੇ ਨਾਂ ਦੋ ਪਿੰਡ ਲਗਾਏ ਜਾਣਗੇ ਤਾਂ ਡਾਕੂ ਨੇ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਮੈਨੂੰ ਪਕੜੇਗਾ ਉਸ ਨੂੰ ਮੈਂ ਲਾਹੌਰ ਦਾ ਬਾਦਸ਼ਾਹ ਬਣਾ ਦਿਆਂਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪ ਹੀ ਡਾਕੂ ਨੂੰ ਫੜਨ ਦਾ ਫੈਸਲਾ ਕਰ ਲਿਆ ਅਤੇ ਡਾਕੂਆਂ ਦਾ ਪੇਸ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਚਾਂਦਨੀ ਰਾਤ ਨੂੰ ਨਿਕਲ ਪਏ ਜਦੋਂ ਉਹਨਾਂ ਨੂੰ ਖਬਰ ਲੱਗੀ ਕਿ ਲਾਹੌਰ ਦੇ ਨੇੜੇ ਹੀ ਮਾਨ ਸਿੰਘ ਡਾਕੂ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਉੱਥੋਂ ਦੀ ਲੰਘਣ ਲੱਗੇ ਮਾਨ ਸਿੰਘ ਨੇ ਆਵਾਜ਼ ਮਾਰੀ ਕਹੋਣਿਆ ਮਹਾਰਾਜਾ ਰਣਜੀਤ ਸਿੰਘ ਆਇਆ ਅੰਦੇ ਅਸੀਂ ਆ ਡਾਕੂ ਮਾਨ ਸਿੰਘ ਨੂੰ ਲੱਗਾ ਕਿ ਇਹ ਛੋਟੇ ਮੁੰਡੇ ਡਾਕੂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਬੰਦਿਆਂ ਦੀ ਗਿਣਤੀ ਤੇ ਪੁੜਕਦਾ ਇਕੱਲੇ ਨਾ ਕੱਲਾ ਡਾਕੂ ਮਾਨ ਸਿੰਘ ਕਹਿੰਦਾ ਵੇਖ ਲੈਨੇ ਆ ਇਕੱਲੇ ਨਾ ਕੱਲਾ ਮਹਾਰਾਜਾ ਰਣਜੀਤ ਸਿੰਘ ਵੀ ਹੀ ਚਾਹੁੰਦਾ ਸੀ ਦੋਵਾਂ ਵਿੱਚ ਤਲਵਾਰਬਾਜੀ ਹੋਣ ਲੱਗੀ ਕਈ ਘੰਟੇ ਲੰਘ ਕੇ ਪਲੱਠੇ ਬਾਜੀ ਅੰਤ ਨੂੰ ਜਦੋਂ ਡਾਕੂ ਠਾ ਕਰ ਗਿਆ ਮਹਾਰਾਜੇ ਨੇ ਕਾਂ ਚਪਟ ਮਾਰ ਕੇ ਡਾਕੂ ਮਾਨ ਸਿੰਘ ਦੀ ਤਲਵਾਰ ਹੱਥੋਂ ਛੁਡਾ ਦਿੱਤੀ ਅਤੇ ਮਹਾਰਾਜਾ ਉਸ ਦੇ ਉੱਤੇ ਬੈ ਕੇ ਉਸ ਦੀ ਧੌਂ ਤੇ ਤਲਵਾਰ ਰੱਖ ਕੇ ਕਿਹਾ ਬਣਾ ਹੁਣ ਮੈਨੂੰ ਇਹ ਲਾਹੌਰ ਦਾ ਮਹਾਰਾਜਾ ਡਾਕੂ ਸ਼ਰਮਿੰਦਾ ਹੋਇਆ ਮਹਾਰਾਜੇ ਨੇ ਡਾਕੂ ਨੂੰ ਨਾਲ ਲਿਆ ਅਤੇ ਲਾਹੌਰ ਕਿਲੇ ਦੇ ਦਰਵਾਜ਼ੇ ਗਾੜੀ ਸਪਾਈ ਦੇ ਕੰਨ ਚ ਗੁਪਤ ਬੋਲ ਦੱਸੇ ਡਾਕੂ ਨੇ ਸੋਚਿਆ ਇਸ ਨੇ ਸਪਾਈ ਨੂੰ ਕੁਝ ਰਿਸ਼ਵਤ ਦਿੱਤੀ ਹੋਣੀ ਹੈ ਤਾਂ ਕਰਕੇ ਇਸ ਤਰ੍ਹਾਂ ਨਾਲ ਮੇਲਜੋਲ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਵਾਜੇ ਦੇ ਅੰਦਰ ਗਿਆ ਡਾਕੂ ਮਾਨ ਸਿੰਘ ਨੂੰ ਕੁਝ ਸਿਪਾਈ ਲੈ ਗਏ ਅਤੇ ਉਸ ਨੇ ਉਹਨਾਂ ਨੇ ਉਸ ਨੂੰ ਕੈਦਖਾਨੇ ਵਿੱਚ ਪਾ ਦਿੱਤਾ ਅਗਲੀ ਸਵੇਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਕਹਿੰਦਾ ਡਾਕੂ ਮਾਨ ਸਿੰਘਾ ਤੇਰਾ ਵਚਨ ਵੀ ਪੂਰਾ ਹੋ ਗਿਆ ਤੇ ਅਸੀਂ ਮਹਾਰਾਜੇ ਵੀ ਹਾਂ ਡਾਕੂ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਦੱਸ ਹੁਣ ਤੈਨੂੰ ਸਜ਼ਾ ਚਾਹੀਦੀ ਹੈ ਕਿ ਜਾਂ ਫਿਰ ਦੇਸ਼ ਕੌਮ ਲਈ ਕੁਝ ਕਰੇਗਾ ਇਹੋ ਡਾਕੂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲ ਹਰੀ ਸਿੰਘ ਨਲਵੇ ਦੀ ਕਵਾਈ ਵਿੱਚ ਭਰਤੀ ਹੋਇਆ ਅਤੇ ਹਜ਼ਾਰੇ ਦੀ ਜੰਗ ਵਿੱਚ ਸਿੱਖ ਰਾਜ ਲਈ ਲੜਦਾ ਸ਼ਹੀਦ ਹੋਇਆ ਇਸ ਘਟਨਾ ਦਾ ਹਵਾਲਾ ਮਾਸਟਰ ਤਾਰਾ ਸਿੰਘ ਦੀ ਕਿਤਾਬ ਬਾਬਾ ਤੇਗਾ ਸਿੰਘ ਵਿੱਚ ਮਿਲਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ